ਵੀਡੀਓ ਬਣਾ ਲਾ। ਹਾਂਜੀ ਭਾਜੀ ਸਤਿੰਦਰ ਪਾਲ ਕਾਲੋ ਜੀ, ਆਓ ਭਾਈ ਚਲੀ ਜਾਓ ਬਾਹਰੋਂ, ਇੱਧਰ ਆਓ ਭਾਜੀ, ਇੱਧਰ ਬਾਹਰੋਂ ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਛ ਵਕੀਲਾਂ ਵੱਲੋਂ ਜਿਹੜਾ ਸ਼ਰਾਬ ਪੀ ਕੇ ਜਿਹੜਾ ਇੱਕ ਕੰਧ ਢਾਈ ਗਈ ਹੈ ਕਿਸੇ ਦੀ ਫਰੌਡ, ਜਿਹੜੀ ਕੰਧ ਜਿਹੜੀ ਹੈ ਵਕੀਲਾਂ ਵੱਲੋਂ ਢਾ ਦਿੱਤੀ ਗਈ ਹੈ। ਇੱਕ ਤਾਂ ਉਹਨਾਂ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਹੈ ਔਰ ਸਾਡੇ ਨਾਲ ਜਿਹੜੇ ਹੈ ਬਦਤਮੀਜ਼ੀ ਵੀ ਕਰ ਰਹੇ, ਕੋਈ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈ। ਮੈਡਮ ਐਸ ਐਚ ਓ ਨੇ, ਮੈਂ ਵੀਡੀਓ ਵੀ ਅਪਲੋਡ ਤੁਹਾਨੂੰ ਕਰ ਦੂੰਗਾ ਸਰ ਨੂੰ, ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉੱਥੇ, ਅਤੇ ਉਹਨਾਂ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ। ਨਹੀਂ ਜੀ, ਮੇਰੇ ਐਸ ਐਚ ਓ ਨੇ ਆਖਿਆ ਵਾ, ਖੁਸ਼ਬੂ ਸ਼ਰਮਾ ਜੀ ਨੇ, ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ। ਬਾਰ ਐਸੋਸੀਏਸ਼ਨ ਬਟਾਲਾ ਅਤੇ ਥਾਣਾ ਸਿਟੀ ਬਟਾਲਾ ਦੀ ਲੇਡੀ ਐਸ ਐਚ ਓ ਖੁਸ਼ਬੂ ਸ਼ਰਮਾ ਵਿਚਕਾਰ ਬੀਤੀ ਸ਼ਾਮ ਜੰਮ ਕੇ ਵਿਵਾਦ ਹੋਇਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਕਾਲੋ ਨੇ ਦੋਸ਼ ਲਗਾਏ ਨੇ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਥਾਣਾ ਇੰਚਾਰਜ ਦੇ ਕਹਿਣ 'ਤੇ ਉਹਨਾਂ ਨੂੰ ਅੱਧਾ ਘੰਟਾ ਥਾਣੇ 'ਚ ਬੰਦ ਰੱਖਿਆ। ਐਸ ਐਚ ਓ ਦੇ ਹੁਕਮਾਂ 'ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੁੱਸੇ ਵਿੱਚ ਆਏ ਵਕੀਲਾਂ ਨੇ ਕਚਹਿਰੀ ਦਾ ਕੰਮਕਾਜ ਠੱਪ ਰੱਖਣ ਦੀ ਚੇਤਾਵਨੀ ਦਿੱਤੀ। ਦੂਜੇ ਪਾਸੇ ਲੇਡੀ ਐਸ ਐਚ ਓ ਖੁਸ਼ਬੂ ਸ਼ਰਮਾ ਦਾ ਦੋਸ਼ ਹੈ ਕਿ ਵਕੀਲਾਂ ਨੇ ਥਾਣੇ ਵਿੱਚ ਖੂਬ ਹੰਗਾਮਾ ਕੀਤਾ, ਜਿਸ ਦੇ ਆਧਾਰ 'ਤੇ ਉਹਨਾਂ ਨੇ ਕਾਰਵਾਈ ਕੀਤੀ ਹੈ। ਬੁੱਧਵਾਰ ਸ਼ਾਮ ਨੂੰ ਬਟਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਕਾਲੂ ਆਪਣੇ ਇੱਕ ਵਕੀਲ ਦੇ ਸਮਰਥਨ ਵਿੱਚ ਥਾਣਾ ਸਿਟੀ ਵਿਖੇ ਗਏ। ਬਾਰ ਦੇ ਕੁਝ ਅਧਿਕਾਰੀ ਅਤੇ ਹੋਰ ਸੀਨੀਅਰ ਵਕੀਲ ਵੀ ਉਹਨਾਂ ਦੇ ਨਾਲ ਸੀ। ਮਾਮਲਾ ਇੱਕ ਜਗ੍ਹਾ ਦੇ ਝਗੜੇ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਸ਼ਿਕਾਇਤਕਰਤਾ ਨੇ ਇੱਕ ਵਕੀਲ ਅਤੇ ਜ਼ਬਰਦਸਤੀ ਕੰਧ ਢਾਉਣ ਦਾ ਦੋਸ਼ ਲਗਾਉਂਦਿਆਂ ਉਸ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਸੀ। ਹਾਂਜੀ ਭਾਜੀ ਸਤਿੰਦਰਪਾਲ ਕਾਲੋ ਜੀ, ਆਓ ਭਾਈ ਚਲੀ ਜਾਓ ਬਾਹਰ, ਬਾਹਰੋਂ ਇੱਧਰ ਆਓ ਭਾਜੀ, ਇੱਧਰ ਬਾਹਰੋਂ ਸਤਿੰਦਰਪਾਲ ਕਾਲੋ ਪ੍ਰਧਾਨ ਹੈ ਬਾਰ ਐਸੋਸੀਏਸ਼ਨ ਬਟਾਲਾ, ਤੁਹਾਨੂੰ ਕਿਹਨੇ ਕਿਹਾ ਬਾਹਰ ਨਾ ਜਾਣ ਵਾਸਤੇ? ਸਬ ਇੰਸਪੈਕਟਰ ਸਾਹਿਬ ਕਹੇ ਬਾਹਰ ਨਹੀਂ ਜਾਣਗੇ। ਕਿਹੜੇ ਥਾਣੇ ਦੇ? ਠੀਕ ਹੈ ਜੀ, ਗੱਲ ਕਰੋ। ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਛ ਵਕੀਲਾਂ ਵੱਲੋਂ ਜਿਹੜਾ ਸ਼ਰਾਬ ਪੀ ਕੇ ਜਿਹੜਾ ਇੱਕ ਕੰਧ ਢਾਈ ਗਈ ਹੈ ਕਿਸੇ ਦੀ ਪਲੋਟ ਦੀ। ਕੰਪਲੇਨੈਂਟ ਨੋਟ ਕੀਤਾ ਕਿ ਮੇਰੇ ਇੱਦਾਂ ਦਾ ਪਲੋਟ ਮੈਂ ਖਰੀਦਿਆ ਸੀਗਾ, ਜਿਹੜੀ ਕੰਧ ਜਿਹੜੀ ਹੈ ਵਕੀਲਾਂ ਵੱਲੋਂ ਢਾ ਦਿੱਤੀ ਗਈ ਹੈ। ਇੱਕ ਤਾਂ ਉਹਨਾਂ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਹੈ ਔਰ ਸਾਡੇ ਨਾਲ ਜਿਹੜੇ ਆ ਬਦਤਮੀਜ਼ੀ ਵੀ ਕਰ ਰਹੇ, ਕੋਈ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈਗੇ। ਜਿਹਦੇ ਬਿਹਾਫ 'ਤੇ ਉਹਨਾਂ ਨੂੰ ਕੱਲ੍ਹ ਬੁਲਾਇਆ ਗਿਆ ਸੀ ਥਾਣੇ, ਕੱਲ੍ਹ ਸ਼ਾਮ ਨੂੰ ਇਹ ਆਏ ਹੈ। ਇਹਨਾਂ ਨੂੰ ਕਿਹਾ ਕਿ ਆਪਣੇ ਜਿਹੜੇ ਵੀ ਕਾਗਜ਼ਾਤ ਵਗੈਰਾ ਹੈਗੇ ਪੇਸ਼ ਕਰੋ, ਅਤੇ ਜਿਸ ਸੰਬੰਧੀ ਨੇ ਜਦੋਂ ਆਪਣੇ ਕਾਗਜ਼ਾਤ ਪ੍ਰੋਪਰਟੀ ਦੇ ਪ੍ਰੋਪਰ ਪੇਸ਼ ਕੀਤੇ ਹੈ ਕਿ ਸਾਡੀ ਆਹ ਪ੍ਰੋਪਰਟੀ ਹੈਗੀ ਆ, ਆਹ ਇਹਦੇ ਕਾਗਜ਼ਾਤ ਹੈਗੇ, ਆਹ ਇਹਦੀ NOC ਹੈਗੀ, ਐਵਰੀਥਿੰਗ ਔਨ ਰਿਕਾਰਡ। ਦੂਸਰੀ ਪਾਰਟੀ ਕੋਲ ਕੋਈ ਚੀਜ਼ ਨਹੀਂ ਸੀਗੀ, ਉਹਨਾਂ ਨੇ ਕੀ ਕੀਤਾ, ਮੌਕੇ ਤੋਂ ਨਿਕਲ ਗਏ ਐਂਡ ਥਾਣੇ ਤੋਂ ਖਿਸਕ ਗਏ। ਜਿਸ ਸੰਬੰਧੀ DDR ਵੀ ਲਾਂਚ ਕੀਤੀ ਗਈ ਐਂਡ 750 ਦੇ ਅੰਡਰ ਸੈਕਸ਼ਨ, ਮਤਲਬ ਕਿ ਜਿਹੜੀ 107-150 CRPC ਤਹਿਤ ਜਿਹੜੀ ਹੈ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲਿਆਂਦਾ ਗਿਆ, ਕਿਉਂਕਿ ਉਹਨਾਂ ਨੇ ਸ਼ਰਾਬ ਬਹੁਤ ਪੀਤੀ ਸੀ। ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਣ ਦਾ ਖਦਸ਼ਾ ਵੀ ਸੀ। ਸੈਕਿੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ, ਇਸੇ ਦਰਖਾਸਤ ਦੇ ਚੱਲਦੇ ਜਿਹੜਾ ਇਹਨਾਂ ਦਾ ਪਲੋਟ ਦਾ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਅਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੋਂ ਅਤੇ ਹੋਰ ਅੰਨੇ ਵਿਅਕਤੀ, ਇਹਨਾਂ ਵੱਲੋਂ ਜਿਹੜਾ ਹੈਗਾ ਹੈ ਕੰਧ ਢਾਈ ਗਈ ਉਹਦੇ ਮਾਮਲੇ ਦੇ ਸੰਬੰਧੀ। ਜਦੋਂ ਇਹਨਾਂ ਨੂੰ 11:30 ਬੁਲਾਇਆ ਗਿਆ, ਚਲੋ ਮੋਰਨਿੰਗ ਹੀ ਆਏ ਸੀਗੀ ਦੋਵੇਂ ਪਾਰਟੀਜ਼, ਉਸ ਤੋਂ ਬਾਅਦ ਸਤਿੰਦਰ ਸਿੰਘ ਕਾਲੋਂ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ
ਉਹ ਕੋਰਟ 'ਚ ਚਲੇ ਗਏ। ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ 3:30 ਵਜੇ ਦਾ। ਜਦੋਂ ਸ਼ਾਮ ਨੂੰ ਆਏ ਹੈ, ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ, ਕੋਈ ਰਿਕਾਰਡ ਨਾ ਹੋਣ ਕਰਕੇ ਇਹ ਉੱਚੀ ਉੱਚੀ ਬਹਿਸਣ ਲੱਗ ਪਏ। ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੈਂਦੇ ਹਾਂ, ਜਿਹਦੇ 'ਚ ਕੰਪਲੇਨੈਂਟ ਵੀ ਸਹਿਮਤ ਸੀ। ਪਰ ਫਿਰ ਲੇਟਰ ਔਨ ਕੀ ਹੋਇਆ, ਇੱਕਦਮ ਹੀ ਇਹਨਾਂ ਦੇ ਕੋਈ ਗੱਲ ਟਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ਕਰਾਉਣੀ, ਕੁਛ ਵੀ ਹੈ ਆਪਾਂ ਕੋਰਟ 'ਚ ਕੇਸ ਕਰਾਂਗੇ, ਕੁਛ ਵੀ ਕਰ ਸਕਦੇ, ਕੋਰਟ 'ਚ ਵਿੱਚ ਐਵਰੀਥਿੰਗ ਔਨ ਰਿਕਾਰਡ ਕਰ ਸਕਦੇ, ਪਰ ਇਹਨਾਂ ਕਿਸੇ ਦੀ ਕੰਧ ਨਹੀਂ ਹੇਠਾ ਸਕਦੇ। ਜਿਸ ਸੰਬੰਧੀ ਇਹਨਾਂ ਨੇ ਰੋਲਾ ਰੱਪਾ ਪਾਉਣਾ ਸ਼ੁਰੂ ਕਰਤਾ ਵਾ, ਕੇਸ ਨੂੰ ਇਸ਼ੂ ਨੂੰ ਗੁੰਮਰਾਹ ਕਰਦੇ ਹੋਏ ਜਿਹੜਾ ਇਹ ਜਦੋਂ ਇੱਥੇ ਉਹਨਾਂ ਦੇ ਹੀ ਹਾਵੀ ਹੋ ਗਏ ਮੁਦਈਆਂ ਦੇ, ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾਂ ਕੱਲ 7:50 ਦੀ ਸੀ, ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ ਗੇਟ ਵੱਲ ਨੂੰ ਚਲੇ ਗਏ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋ, ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ, ਕੁਛ 30 ਤੋਂ ਵੀ ਘੱਟ। ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ SHO ਸਾਹਿਬ ਨੇ ਮਨਾ ਕੀਤਾ, ਮੈਂ ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਬਾਹਰ ਜਾਣ ਦਊਂਗਾ, ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਲਰਟ ਰਹੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਹੈ, ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ, ਠੀਕ ਹੈ, ਉਹਨੂੰ ਵੈਸੇ ਤਾਂ ਫਰੀਡਮ ਹੁੰਦੀ ਆਉਣ ਜਾਣ ਦੀ ਕਿਤੇ ਵੀ, ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇੱਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇੰਨਾ ਰੋਲਾ ਰੱਪਾ ਚੱਲ ਰਿਹਾ, ਤੇ ਕੋਈ ਚੀਜ਼ ਇਹ ਕਰਕੇ ਨਾ ਭੱਜੇ ਹੋਣ ਜਾਂ ਕੋਈ ਵੀ ਗੱਲਬਾਤ ਨਹੀਂ, ਤੇ ਸਿਰਫ ਇੱਕ ਪੁੱਛਣ 'ਚ ਕੋਈ ਕਿਸੇ ਨੂੰ ਡਿਟੇਨਮੈਂਟ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ, ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉੱਥੋਂ ਚਲੇ ਗਏ। ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉੱਥੇ ਵੀ ਇਹਨਾਂ ਨੇ ਬਹਿਸਬਾਜ਼ੀ ਕੀਤੀ ਹੈ। ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ। ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਹੈ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਵਾ ਲੈਂਦੇ ਹਾਂ, ਹੁਣ ਉਹ ਸਹਿਮਤੀ ਨਹੀਂ ਹੈਗੀ, ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਧ ਢਾਈ ਹੈ ਉਸ ਸੰਬੰਧੀ ਜਿਹੜਾ ਆਪਾਂ ਅੱਗੇ ਪ੍ਰੋਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ। ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਇਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆਹ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ, ਉਹਨਾਂ ਨੇ ਉਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕਲੰਦਰ ਕਰੇਗਾ। ਔਰ ਆਈ ਐਮ ਦਾ ਸਤਿੰਦਰਪਾਲ ਸਿੰਘ ਕਾਲੋਂ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ। ਅਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ, ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰ ਨਾਲ ਮਿਸ਼ਨ ਨਾਲ ਖਲੋਣਾ ਵਾਂ। ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਤੇਗ ਬਹਾਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਧ ਦਾ, ਠੀਕ ਆ, ਚਲੋ ਉਹ ਕੰਧ ਦਾ ਮਸਲਾ ਤਾਂ ਸਿਵਲ ਨੇਚਰ ਸੀ, ਉਹ ਚੀਜ਼ ਹੋ ਜਾਣੀ ਸੀ ਹੱਲ। ਬਟ ਇਹ ਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ ਮੈਡਮ SHO ਨੇ, ਮੈਂ ਵੀਡੀਓ ਵੀ ਅਪਲੋਡ ਤੁਹਾਨੂੰ ਕਰ ਦੂੰਗਾ ਸਰ ਨੂੰ, ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉੱਥੇ। ਖੁਸ਼ਬੂ ਸ਼ਰਮਾ ਜੀ, ਸਿਟੀ SHO ਬਟਾਲਾ, ਮੈਂ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ, ਅਤੇ ਮੈਂ ਫੋਰ ਦਾ ਟਾਈਮ ਬੀਂਗ ਤਾਂ ਹਜੇ ਐਕਸ਼ਨ ਮੈਂ ਲਊਂਗਾ, ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਇੱਥੇ, ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਊਂਗਾ, ਜੋ ਵੀ ਐਕਸ਼ਨ ਲਊਂਗਾ, ਅਤੇ ਪੰਜਾਬ ਬੰਦ ਜੇ ਕਰਾਉਣਾ ਪਿਆ ਪੰਜਾਬ ਵੀ ਮੈਂ ਆਪਣੀ ਕਾਲ ਦਊਂਗਾ ਜੇ ਲੋੜ ਪਈ। ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬਹਿ ਕੇ ਗਿਆ ਉੱਥੇ ਥਾਣੇ ਪੁਲਿਸ ਸਟੇਸ਼ਨ ਸਿਟੀ, ਸ਼ਾਮੀ ਵੀ ਬਹਿ ਕੇ ਗਿਆ, ਅਤੇ ਮੈਨੂੰ ਅੱਗੋਂ ਮੈਂ ਮੇਰੀ ਟੀਮ ਜਾਂਦੀ ਆ ਜਾਂਦੀ ਆ ਅਤੇ ਅੱਗੋਂ ਮੈਨੂੰ ਵਾਰਨਿੰਗ ਦੇ ਰਿਹਾ, ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕਿ ਜੇ ਤੁਸੀਂ ਨਹੀਂ ਗਏ ਅਤੇ ਆਈ ਵਿਲ ਚਾਰਜ ਯੂ ਇਨ ਦੈਟ ਸੈਕਸ਼ਨ। ਮੈਂ ਤਾਂ ਮੈਂ ਕੀ ਗੁਣਾ ਕਰ ਲਿਆ, ਮੈਂ ਤਾਂ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ, ਠੀਕ ਆ, ਉਹ ਇੱਕ ਰੈਵਨਿਊ ਨੇਚਰ ਆ, ਸਿਵਲ ਨੇਚਰ ਆ, ਠੀਕ ਆ, ਤੁਸੀਂ ਉਸ ਸਿਵਲ ਨੇਚਰ ਦੇ ਇੱਕ ਸਾਈਡ 'ਤੇ ਰਹਿ ਗਿਆ। ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਰਿਹਾ ਹਾਂ
ਪਰਸੋਂ ਚੌਥ ਦਾ ਵੀ ਪਟਵਾਰੀ ਸੱਦ ਲਓ ਕੁਝ ਕਰਕੇ ਕਰ ਲਓ। ਅਤੇ ਗੱਲ ਹੋਈ ਆ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਸੀ ਸਾਰਾ ਕੁਛ ਵੀ ਆਹ ਨਿਬੇੜਨਾ ਸਾਰਾ ਕੁਛ, ਮੈਂ ਕਿਹਾ ਜੀ ਚਲੋ ਨਿਬੇੜੋ ਸਾਰਾ ਕੁਛ, ਮੈਂ ਕਿਹਾ ਚਲੋ ਮੈਂ ਉੱਥੇ ਹਿਸਾਬ ਲਾਇਆ ਵੀ ਨਹੀਂ ਨਿਬੜਨੀ, ਮੈਂ ਦੱਸਤਾ ਵੀ ਇਹਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਪੈਂਡਿੰਗ ਆ, ਮੈਂ ਸਿਵਲ ਮੈਟਰ ਵੀ ਪਾਊਂਗਾ, ਸਟੇ ਵੀ ਪਾਊਂਗਾ, ਸਭ ਕੁਛ ਪਾਊਂਗਾ, ਠੀਕ ਆ, ਅਤੇ ਕੁਛ ਨਹੀਂ ਆ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ, ਬਾਹਰ ਨਿਕਲ ਕੇ ਤਾਂ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰ ਆਵਾਜ਼ ਮੰਨ ਕੇ ਭਾਅ ਜੀ ਆ ਜਾਓ ਹੁਣ ਚੱਲੀਏ ਆਪਾਂ ਬਾਹਰ, ਹੈ ਨਾ। ਅਤੇ ਬਾਹਰ ਜੋ ਨਿਕਲ ਲੱਗਾ ਮੈਂ ਅਤੇ ਮੈਨੂੰ ਸੰਤਰੀ ਕਹਿੰਦਾ, ਮੈਂ ਨਹੀਂ ਨਹੀਂ ਕਹਿੰਦਾ ਤੁਸੀਂ ਨਹੀਂ ਕਹਿੰਦਾ ਬਾਹਰ ਜਾਣਾ ਮੈਨੂੰ ਮੈਂ ਕਿਹਾ ਤੈਨੂੰ। ਫਿਰ ਮੇਰੇ ਇੱਕ ਵਕੀਲ ਸਾਹਿਬ ਸੀ, ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ, ਠੀਕ ਹੈ। ਅਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬ ਅੰਦਰ ਹੈਗੇ ਸੀ ਕਾਫੀ, ਅਤੇ ਉਹਨਾਂ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ, ਨਹੀਂ ਜੀ ਮੇਰੇ SHO ਨੇ ਆਖਿਆ ਵਾ ਖੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ, ਵੀ ਆਹ ਗੱਲਾਂ ਹੋਈਆਂ। ਬਟ ਵਿਦਇਨ 2-3 ਮਿੰਟਸ ਉਹ ਆਪ ਹੀ ਬਾਹਰ ਆਈ ਆ, ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ੍ਹ ਦਿਓ। ਮੈਂ ਤਾਂ ਕਹਿੰਦਾ ਪਰਚਾ ਦਿਓ, ਵੇਖੋ ਮੈਂ ਇੱਕ ਚੁਣਿਆ ਹੋਇਆ ਪ੍ਰਧਾਨ ਵਾਂ, ਅਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤਾਂ ਮਜਬੂਰ ਕੀ ਕਰਨਾ ਵਾ। ਦੇਖੋ ਜੀ ਮੈਂ ਅਸੀਂ ਇਨਸਾਫ ਦਵਾਉਣ ਵਾਲੇ ਬੰਦੇ, ਸਾਡੇ ਨਾਲ ਹੀ ਐਡਾ ਧੱਕਾ ਹੋਣ ਡਿਆ, ਅਤੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂੰਗਾ ਵੀ ਇੱਕ ਆਮ ਬੰਦੇ ਨੂੰ ਕੀ ਇਹ ਦੇਣਗੇ। ਬਟਾਲਾ ਕੱਲ੍ਹ ਬੰਦ ਕਰਾਉਣ ਲੱਗਾ ਜੀ, ਕੱਲ੍ਹ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ, ਅਤੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨੌਲੇਜ 'ਚ ਸਾਰੀ ਪ੍ਰੈਸ ਨੂੰ ਲਿਆ ਦੂੰਗਾ, ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨੌਲੇਜ 'ਚ ਮੈਂ ਆਲਵੇਜ਼ ਲਿਆ ਦੂੰਗਾ। ਪਹਿਲੀ ਗੱਲ ਤਾਂ ਕੱਲ੍ਹ ਬਟਾਲਾ ਮੈਂ ਬਟਾਲਾ ਕੋਰਟ ਦੀ ਸਟ੍ਰਾਈਕ ਹੋਏਗੀ, ਮੇਰੀ ਵਰਕ ਆਫ ਹੋਏਗਾ। ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ, ਐਡਵੋਕੇਟ ਬਟਾਲਾ 'ਚ ਪ੍ਰੈਕਟਿਸ ਕਰਦਾ ਮੈਂ। ਕੀ ਮੈਟਰ ਹੋਇਆ ਜੀ? ਮੈਟਰ ਇਹ ਹੈ ਵੀ ਮੇਰੀ ਮਦਰ ਅਤੇ ਸਿਸਟਰ ਨੇ ਜਗ੍ਹਾ ਵੇਚੀ ਸੀ, ਉਹਨਾਂ ਦਾ ਜਿੰਨਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ, ਇਹ ਆ ਮੇਨ ਮੈਟਰ। ਉਹਨਾਂ ਦੇ 9 ਮਰਲੇ ਬਣਦੇ ਸੀ, ਉਹਨਾਂ ਨੇ 12.5 ਵੇਚਤੇ। ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਆ, ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋਲ ਆਏ, ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਮੈਨੂੰ ਐਗਜ਼ੈਕਟ ਦੱਸੀ ਵੀ ਆਹ ਪੋਜੀਸ਼ਨ ਆ। ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬੜੇ ਦੇ ਬੈਠਾ, ਮੇਰਾ ਨੁਕਸਾਨ ਹੋ ਜਾਣਾ, ਵੀ ਕੋਈ ਹੱਲ ਹੋ ਸਕਦਾ ਇਹਦਾ, ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉੰਨੀ ਰਜਿਸਟਰੀ ਕਰਾ ਲਾਂ। ਇਹਨਾਂ ਨੇ ਮੈਂ ਹਜੇ ਕਰਾ ਲਓ, ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ, 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ 'ਤੇ ਆਪਣੀ ਕੰਧ ਕਰ ਲਈ। ਉਸ ਤੋਂ ਬਾਅਦ ਹੁਣ ਅਗਲਾ ਥਾਂ 'ਤੇ ਮੇਰਾ ਸੀ, ਅਸੀਂ ਆਪਣੀ ਕੰਧ ਢਾਹ ਕੇ ਕੱਲ੍ਹ ਗਾਂਹ ਕਰਨ ਲੱਗੇ ਹਾਂ, ਅਤੇ ਉਸ ਤੋਂ ਬਾਅਦ ਸਾਨੂੰ ਕੱਲ੍ਹ ਆਣ ਕੇ ਸ਼ਾਮੀ ਇਹ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ 'ਤੇ, ਨਾਲ 10-12 ਬੰਦੇ ਹੋਰ ਸੀ, ਅਤੇ ਆਣ ਕੇ ਸਾਡੇ ਗਲ ਪੈਣੇ, ਗਾਲੀ ਗਲੋਚ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ। ਉਸ ਤੋਂ ਬਾਅਦ ਪੁਲਿਸ ਆਈ, ਪੁਲਿਸ ਸਾਨੂੰ ਕਹਿੰਦੀ ਚਲੋ ਥਾਣੇ, ਅਸੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਹਾਂ, 1.5 ਘੰਟਾ ਉੱਥੇ ਅਸੀਂ ਥਾਣੇ ਬੈਠੇ ਰਹੇ, ਇਹ ਨਹੀਂ ਗਏ। 1.5 ਘੰਟਾ ਅਸੀਂ ਵੇਟ ਕਰਕੇ ਅਸੀਂ ਵਾਪਸ ਆ ਗਏ ਹਾਂ ਘਰ, ਘਰ ਆ ਗਏ ਹਾਂ, ਅਸੀਂ ਘਰ ਆਣ ਕੇ ਆਪਣੇ ਬੈਠੇ ਹਾਂ ਲੌਂਚ 'ਚ ਹੀ, ਅਤੇ ਉਸ ਤੋਂ ਬਾਅਦ ਫਿਰ ਆ ਗਈ ਪੁਲਿਸ ਵਾਲੇ, 4 ਮੁਲਾਜ਼ਮ ਆ ਗਏ ਆ, ਅਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ। ਮੈਂ ਪੁੱਛਿਆ ਕਿਸ ਮੈਟਰ 'ਚ, ਕਹਿੰਦੇ ਤੁਹਾਡੇ ਖਿਲਾਫ ਦਰਖਾਸਤ ਆ। ਮੈਂ ਭਾਈ ਦਰਖਾਸਤ ਆ ਅਤੇ ਤੁਸੀਂ ਟਾਈਮ ਦੇ ਦਿਓ, ਸਵੇਰੇ ਆ ਜਾਂਗੇ, ਰਾਤ ਇਸ ਵੇਲੇ 8:30 ਦਰਖਾਸਤ ਦਾ ਕੀ ਨਿਪਟਾਰਾ ਹੋਣਾ। ਕਹਿੰਦੇ ਨਹੀਂ ਜੀ, ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜ਼ੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਆਖਿਆ ਕਿ ਠੀਕ ਹੈ ਜੀ ਲੈ ਕੇ ਜਾਣਾ, ਅਤੇ ਆਹ ਲਓ ਆਹ ਫੜੋ ਸਾਨੂੰ ਅਤੇ ਲੈ ਜਾਓ, ਚੁੱਕ ਕੇ ਲੈ ਜਾਓ। ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 11:30 ਦਾ ਟਾਈਮ ਦਿੱਤਾ, ਅਸੀਂ 11:30 ਗਏ, ਉੱਥੇ ਗੱਲ ਹੋਈ ਆ। ਉੱਥੇ ਵੀ ਉਦੋਂ SHO ਆਪ ਹੈ ਨਹੀਂ, ਅਸੀਂ ਉੱਥੇ 1.5 ਘੰਟਾ ਬੈਠੇ ਰਹੇ, ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਬ ਇੰਸਪੈਕਟਰ ਸੀਗੇ ਹੋਰ ਨਾਲ, ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਅਤੇ ਅਸੀਂ ਆ ਗਏ। ਅਸੀਂ ਅਜੇ ਕੋਰਟ ਜਾ ਨਹੀਂ ਰਹੇ ਸੀ, 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬਹਿਸ ਅਤੇ ਕੇਸ, ਅਤੇ ਅਸੀਂ ਅਜੇ ਕੋਰਟ ਜਾਣ ਡੇ ਸੀ, ਅਤੇ ਮੈਡਮ ਨੇ ਮਗਰੋਂ ਫੋਨ ਕੀਤਾ, ਅਤੇ ਫੋਨ ਕਰਕੇ ਮੈਡਮ ਕਹਿਣ ਡੀ ਵੀ ਤੁਸੀਂ ਚੱਲ ਗਏ ਜੇ ਹੁਣੇ ਆਓ, ਨਹੀਂ ਤਾਂ ਮੈਂ ਤੁਹਾਡੇ ਖਿਲਾਫ਼ ਕਾਰਵਾਈ ਕਰ ਦੇਣੀ ਆ। ਅਸੀਂ ਮੈਡਮ ਨੂੰ ਦੱਸਿਆ ਮੈਡਮ ਕੇਸ ਆਰਗੂਮੈਂਟ 'ਤੇ ਲੱਗਿਆ ਹੋਇਆ ਵਾ, ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ। ਅਤੇ ਕਹਿੰਦੇ ਠੀਕ ਹੈ 3:30 ਆ ਜਾਓ। ਅਸੀਂ 3:30 ਦੁਬਾਰਾ ਗਏ, 3:30 ਜਾ ਕੇ ਮੈਡਮ ਨੂੰ ਮਿਲੇ ਹਾਂ, ਅਤੇ ਸਾਨੂੰ ਮੈਡਮ ਦੇ ਕੋਈ ਬਹੁਤ
ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ, ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਧ ਢਾਈ ਆ। ਮੈਂ ਹਾਂਜੀ ਮੈਂ ਆਪਣੇ ਘਰ ਦੀ ਕੰਧ ਢਾਈ ਆ। ਕਹਿੰਦੀ ਵੇਖੋ ਫਿਰ ਓਫੈਂਸ ਤਾਂ ਬਣ ਗਿਆ ਨਾ। ਮੈਂ ਉਹ ਕਿਵੇਂ ਜੀ, ਆਪਣੇ ਘਰ ਦੀ ਮੈਂ ਕੰਧ ਢਾਈ ਆ, ਕਿਸੇ ਦੀ ਤਾਂ ਢਾਈ ਨਹੀਂ ਆ। ਜਿਹੜੀ ਉਹਨਾਂ ਦੀ ਕੰਧ ਹੋਇਆ ਸੀ ਕਿਸ ਉੱਥੇ ਆ। ਉਸ ਤੋਂ ਬਾਅਦ ਮੈਡਮ ਮੈਨੂੰ ਕਹਿਣ ਦੀ 500 6 427 447 ਦਾ ਪ੍ਰਾਈਮਾ ਫੇਸ ਦਾ ਡਿਕਲਾਫ ਬਣਦਾ ਵਾ। ਮੈਂ ਜੀ ਵੇਖ ਲਓ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ।